ਲਖੀਮਪੁਰ ਖੀਰੀ ਦੇ ਤੇ ਕੁਨੀਆਂ ਦੇ ਵਿੱਚ 3 ਅਕਤੂਬਰ ਨੂੰ ਘਟਨਾ ਵਾਪਰਦੀ ਹੈ, ਜਿਸ ਘਟਨਾ ਦੇ ਵਿੱਚ ਜਿਹੜਾ ਕਿਸਾਨ ਨੇ ਜਿਨ੍ਹਾਂ ਦੀ ਜਾਨ ਚਲੀ ਜਾਂਦੀ, ਅੱਜ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਉਸ ਥਾਂ ਤੋਂ ਕੁਛ ਦੂਰੀ ਦੇ ਉੱਤੇ ਹੀ ਹੈ। ਲਗਾਤਾਰ ਤੁਹਾਨੂੰ ਕੱਲ੍ਹ ਵੀ ਦਿਖਾਈਆਂ ਸਨ ਕਿ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਸਨ, ਤਾਂ ਇਸ ਸਮੇਂ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਪੰਡਾਲ ਜਿਹੜਾ ਸੱਜ ਚੁੱਕਿਆ, ਆਗੂਆਂ ਦਾ ਆਉਣਾ ਅਤੇ ਜਿਹੜਾ ਸ਼ਰਧਾਂਜਲੀ ਦੇਣ ਲਈ ਕਿਸਾਨਾਂ ਦਾ ਪਹੁੰਚਣਾ ਉਹ ਜਾਰੀ ਹੈ। ਲੰਗਰ ਦਾ ਪ੍ਰਬੰਧ ਆ ਜਿਹੜਾ ਦੋ ਥਾਈਂ ਕੀਤਾ ਗਿਆ, ਇੱਕ ਥਾਵੇਂ 5 ਕਿੱਲਿਆਂ ਦੇ ਵਿੱਚ ਜਿਹੜਾ ਪ੍ਰਬੰਧ ਆ ਉਹ ਕੀਤਾ ਗਿਆ। ਤਾਂ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਹੈ ਉਹ ਵੀ ਪਹੁੰਚ ਰਹੇ ਹੈ। ਤਾਂ ਇਸ ਮੌਕੇ ਜਿਹੜੇ ਬੀਕੇਯੂ ਉਗਰਾਹਾਂ ਦੇ ਪ੍ਰਧਾਨ ਨੇ ਜੋਗਿੰਦਰ ਉਗਰਾਹਾਂ, ਉਹ ਉਸ ਥਾਂ 'ਤੇ ਪਹੁੰਚੇ ਆ ਜਿੱਥੇ ਸ਼ਰਧਾਂਜਲੀ ਸਮਾਗਮ ਹੋਣਾ ਹੈ। ਤਾਂ ਸ਼ਰਧਾਂਜਲੀ ਸਮਾਗਮ ਵੇਲੇ ਜਿਹੜਾ ਅਸੀਂ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਜੋਗਿੰਦਰ ਸਿੰਘ ਉਗਰਾਹਾਂ ਹੋਣਾਂ ਨਾਲ, ਕਿ ਕਿਸ ਤਰ੍ਹਾਂ ਦਾ ਮਾਹੌਲ ਆ ਅੱਜ, ਕੀ ਮੰਗਾਂ ਨੇ, ਕਿਸ ਤਰ੍ਹਾਂ ਦੇ ਐਲਾਨ ਨੇ ਜਿਹੜੇ ਉਹ ਅੱਜ ਹੋ ਸਕਦੇ ਆ। ਅੱਜ ਜਿਹੜਾ ਸ਼ਰਧਾਂਜਲੀ ਸਮਾਗਮ ਹੈ ਉਹ ਹੋਣਾ ਹੈ। ਸ਼ਰਧਾਂਜਲੀ ਸਮਾਗਮ 'ਤੇ ਜਿਹੜਾ ਕਿਸਾਨ ਆਗੂ ਪਹੁੰਚਣੇ ਸ਼ੁਰੂ ਹੋ ਚੁੱਕੇ ਆ ਵੱਡੀ ਗਿਣਤੀ ਦੇ ਵਿੱਚ, ਪੰਜਾਬ ਤੋਂ ਕਾਫਲੇ ਆਉਣੇ ਸ਼ੁਰੂ ਹੋ ਚੁੱਕੇ ਆ। ਤਾਂ ਸਾਡੇ ਨਾਲ ਜੁੜਨਗੇ ਜੋਗਿੰਦਰ ਸਿੰਘ ਉਗਰਾਹਾਂ, ਬੀਕੇਯੂ ਉਗਰਾਹਾਂ ਦੇ ਪ੍ਰਧਾਨ ਨੇ, ਤਾਂ ਉਹਨਾਂ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਉਗਰਾਹਾਂ ਸਾਹਿਬ। ਉਗਰਾਹਾਂ ਸਾਹਿਬ, ਅੱਜ ਪਹੁੰਚੇ ਹੋ ਤੁਸੀਂ ਸ਼ਰਧਾਂਜਲੀ ਸਮਾਗਮ ਹੈ, 4 ਕਿਸਾਨ 1 ਪੱਤਰਕਾਰ ਦਾ, ਕਿਸ ਤਰ੍ਹਾਂ ਨਾਲ ਦੇਖਦੇ ਹੋ ਉਸ ਸਾਰੀ ਘਟਨਾ ਨੂੰ? ਦੇਖੋ, 4 ਕਿਸਾਨ ਨੇ ਜਿਹੜੇ ਸਾਡੇ, 5 ਕਿਸਾਨ 1 ਪੱਤਰਕਾਰ ਸ਼ਹੀਦ ਹੋਇਆ, 5 ਕਿਸਾਨਾਂ ਦਾ ਅੱਜ ਸ਼ਹੀਦੀ ਸਮਾਗਮ ਹੈ। ਅਤੇ ਸ਼ਹੀਦੀ ਸਮਾਗਮ ਅੱਜ ਅਸੀਂ ਜਿੰਨੇ ਸਾਰੇ ਨਾਕੇ ਨੇ ਪੰਜਾਬ, ਦੂਜੀਆਂ ਸਾਰੀਆਂ ਸਟੇਟਾਂ ਦੇ ਵਿੱਚ ਇਕੱਠ ਹੁੰਦੇ ਨੇ, ਟੋਲ ਪਲਾਜ਼ਿਆਂ 'ਤੇ ਨੇ, ਨਾਕਿਆਂ 'ਤੇ ਬੈਠੇ ਨੇ, ਜਾਂ ਧਾਰਮਿਕ ਸਥਾਨਾਂ 'ਤੇ, ਸਾਂਝੇ ਸਥਾਨਾਂ 'ਤੇ, ਸਾਰੀਆਂ ਸਟੇਟਾਂ ਨੂੰ ਹਦਾਇਤ ਹੈ ਵੀ ਅੱਜ ਉਹ ਸਾਰੇ ਸਮਾਗਮ, ਇਸ ਸਮਾਗਮ ਨੂੰ ਮਨਾਉਣ। ਅਤੇ ਅੱਜ ਅਸੀਂ ਇੱਥੇ ਆਏ ਹਾਂ ਤਿਕੋਨੀਆਂ 'ਚ, ਅਤੇ ਉਹ ਘਟਨਾ ਸਥਾਨ 'ਤੇ ਅਸੀਂ ਮਨਾ ਰਹੇ ਹਾਂ। ਭਾਵੇਂ ਤੰਗ ਰਸਤਿਆਂ ਕਰਕੇ ਜਿਹੜੀ ਭੀੜ ਹੈ, ਪਾਉਣ 'ਚ ਦਿੱਕਤ ਹੋਊਗੀ, ਜਿੰਨਾ ਇਕੱਠ ਹੋਣਾ ਉਨੇ ਇਕੱਠ ਨੂੰ ਦਿੱਕਤ ਪੈਣੀ ਹੈ, ਪਰ ਫਿਰ ਵੀ ਅਸੀਂ ਸਮਾਗਮ ਤਾਂ ਜਿਹੜੀ ਇੱਥੇ ਕਰਾਂਗੇ, ਘਟਨਾ ਸਥਾਨ 'ਤੇ ਸਾਡਾ ਪਹਿਲੇ ਫੈਸਲਾ ਸੀ। ਉਗਰਾਹਾਂ ਸਾਹਿਬ, ਇਹ ਘਟਨਾ ਜਿਹੜੀ ਇਹਦੇ ਲਈ ਸ਼ਬਦ ਨਹੀਂ ਹੈ ਇਸ ਨੂੰ ਬਿਆਨ ਕਰਨ ਦੇ ਲਈ, ਕਿਉਂਕਿ ਜਿਸ ਹਿਸਾਬ ਨਾਲ ਕਾਰਾਂ ਆਉਂਦੀਆਂ ਨੇ, ਕਿਸਾਨਾਂ ਨਾਲ ਟਕਰਾਉਂਦੀਆਂ ਨੇ, ਕਿਸਾਨਾਂ ਦੀ ਜਾਨ ਚਲੀ ਜਾਂਦੀ ਹੈ, ਬਹੁਤ ਛੋਟੀ ਉਮਰ ਦੇ ਕਿਸਾਨਾਂ ਦੀ ਜਾਨ ਜਾਂਦੀ ਹੈ, ਇਹਨਾਂ ਕੁਰਬਾਨੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅੰਦੋਲਨ ਦੇ ਵਿੱਚ ਇਹਨਾਂ ਦਾ ਕਿਵੇਂ ਯੋਗਦਾਨ ਹੋਊਗਾ? ਅਤੇ ਇਸ ਘਟਨਾ ਤੋਂ ਬਾਅਦ ਜਿਹੜੀ ਸੰਯੁਕਤ ਕਿਸਾਨ ਮੋਰਚਾ ਆਪਣੀ ਟੈਕਟੀਕਲ ਜਿਹੜੀ ਲਾਈਨ ਆ ਉਹਨੂੰ ਬਦਲੂਗਾ, ਕਿਉਂਕਿ ਜਿਸ ਹਿਸਾਬ ਦੇ ਨਾਲ ਤੁਹਾਡੀ ਵਿਰੋਧੀ ਧਿਰ ਜਿਹੜੀ ਆ ਉਹ ਅਟੈਕੇਬਲ ਹੋ ਰਹੀ ਹੈ, ਉਸ ਹਿਸਾਬ ਦੇ ਨਾਲ ਜਿਹੜੀ ਨਵੀਂ ਟੈਕਟੀਕਲ ਲੈਣ ਦੀ ਲੋੜ ਲੱਗਦੀ ਹੈ ਤੁਹਾਨੂੰ? ਦੇਖੋ, ਜਿਹੜੇ ਟੈਕਟੀਕਲ ਦਾ ਸਵਾਲ ਹੈ, ਜਿੱਥੇ ਤੱਕ ਹਾਲਤਾਂ ਦੇ ਮੁਤਾਬਕ ਫੈਸਲੇ ਬਦਲਦੇ ਰਹਿੰਦੇ ਆ, ਜਦੋਂ ਹਾਲਤ ਹੁੰਦੀ ਹੈ, ਕਿਹੋ ਜਿਹੀ ਹਾਲਤ ਹੁਣ ਹੋ ਗਈ, ਕਿਹੋ ਜਿਹੀ ਹਾਲਤ ਅੱਗੇ ਫਾਇਦਾ ਰਹੂ, ਉਹਦੇ ਮੁਤਾਬਕ ਫੈਸਲੇ ਬਦਲਦੇ ਰਹਿੰਦੇ ਆ, ਟੈਕਟ ਵੀ ਬਦਲਦੇ ਰਹਿੰਦੇ ਆ ਜਥੇਬੰਦੀਆਂ ਦੇ, ਔਰਗੇਨਾਈਜੇਸ਼ਨਾਂ ਦੇ। ਪਰ ਜਿਹੜਾ ਇਹ ਹਾਲ ਆ, ਇਹ ਤਾਂ ਕੋਈ ਇਹੋ ਜਿਹਾ ਕੋਈ ਤਰੀਕਾ ਹੀ ਨਹੀਂ ਸੀਗਾ, ਜਿਹੜਾ ਤਰੀਕਾ ਸਾਡਾ ਅਪਣਾਇਆ ਹੋਇਆ, ਬਹੁਤ ਸ਼ਾਂਤਮਈ ਢੰਗ ਨਾਲ ਜਾ ਰਹੇ ਸੀ। ਕਿਸਾਨ ਪ੍ਰੋਗਰਾਮ ਖਤਮ ਹੋ ਗਿਆ ਸੀ, ਸਰਕਾਰ ਨੇ ਵੀ ਉਹ ਡਿਵਰਟ ਕਰਤੀ ਸੀ ਉਹਨਾਂ ਦੀ ਜਿਹੜੀ ਯਾਤਰਾ ਸੀ। ਇਹ ਤਾਂ ਮਤਲਬ ਹੀ ਨਹੀਂ ਵੀ ਕੋਈ ਘਟਨਾ ਦਾ, ਇਹ ਤਾਂ ਜਾਣ ਬੁੱਝ ਕੇ ਪਲੈਨਡ ਇੱਕ ਹੰਕਾਰੇ ਹੋਏ, ਮਤਲਬ ਮੰਤਰੀ ਦੇ ਮੁੰਡੇ ਦਾ ਕਾਰਨਾਮਾ ਹੈ, ਹੰਕਾਰੇ ਹੋਏ ਮੰਤਰੀ ਦੀ ਆਪਣੀ ਜਿਹੜੀ ਉਹ ਪਹਿਲਾਂ ਵੀਡੀਓ ਬਣੀ ਹੋਈ ਹੈ, ਜਿਵੇਂ ਭਾਸ਼ਾ ਬੋਲਿਆ, ਉਹ ਹੰਕਾਰੀ ਹੋਈ ਭਾਸ਼ਾ ਦਾ ਇੱਕ ਦੇਣ ਹੈ, ਉਹਦੇ 'ਚ ਹੋਇਆ ਸਾਰਾ ਕੁਛ। ਗੁਰਾਂ ਸਾਹਿਬ, ਹਰਿਆਣੇ ਦੇ ਅੰਦਰ ਹਰਿਆਣੇ ਦੇ ਮੁੱਖ ਮੰਤਰੀ ਨੇ ਵੀ ਕਿਹਾ ਵੀ ਡਾਂਗਾ ਚੱਕ ਲਓ, ਗਰੁੱਪ ਬਣਾ ਲਓ, ਵਲੰਟੀਅਰ ਬਣ ਜਾਓ, ਉਸ ਤੋਂ ਬਾਅਦ ਲੱਗਦਾ ਨਹੀਂ ਕਿ ਜਿਹੜਾ ਭਾਜਪਾ ਉਹ ਅਗਰੈਸਿਵ ਹੋ ਰਹੀ ਹੈ ਇਸ ਮਸਲੇ ਨੂੰ ਲੈ ਕੇ, ਖਾਸ ਕਰਕੇ ਹਰਿਆਣੇ ਦੇ ਅੰਦਰ ਜਾਂ ਆਹ ਘਟਨਾ ਦੇਖ ਲਈ? ਇਹੀ ਤਾਂ ਲੱਗਦਾ ਸਾਨੂੰ, ਅਸੀਂ ਤਾਂ ਅਸੀਂ ਪਲੈਂਡ ਕਹਿੰਦੇ ਹਾਂ ਕਿ ਉਸੇ ਦਿਨ ਮੁੱਖ ਮੰਤਰੀ ਦਾ ਬਿਆਨ ਆਉਂਦਾ, ਖੱਟਰ ਦਾ ਬਿਆਨ ਆਉਂਦਾ ਵੀ ਡਾਂਗਾ ਚੱਕ ਲਓ, ਭਾਵੇਂ ਉਹਨੇ ਸੀਕਰਟ ਕਮਰੇ ਦੇ ਵਿੱਚ ਇਹ ਬਿਆਨ ਦਿੱਤਾ, ਵੀਡੀਓ ਵਾਇਰਲ ਹੋ ਗਈ, ਬਾਹਰ ਓਪਨ ਹੋ ਗਈ, ਪਰ ਮਨਸ਼ਾ ਤਾਂ ਇੰਨਾ ਚਿਰ ਆਉਂਦੀ ਹੈ ਵੀ ਕੇਂਦਰ ਸਰਕਾਰ ਦਾ ਇਹ ਇਰਾਦਾ ਹੀ ਹੈ, ਜਿਵੇਂ ਕਰਨਾਲ ਵਾਲੀ ਘਟਨਾ ਵੇਲੇ ਤੋਂ ਲੈ ਕੇ ਇਹ ਘਟਨਾਵਾਂ ਵਾਪਰਦੀਆਂ ਰਹੀਆਂ ਨੇ, ਖੱਟਰ ਦਾ ਬਿਆਨ ਆਉਂਦਾ, ਉਸ ਤੋਂ ਬਾਅਦ ਇਹ ਘਟਨਾ ਵਾਪਰਦੀ ਆ ਉਸੇ ਦਿਨ ਹੀ। ਅਤੇ ਇਹਦੇ ਤਾਂ ਐਂ ਲੱਗਦਾ ਵੀ ਇਹ ਕੇਂਦਰ ਦੀ ਇਰਾਦਾ, ਮੋਦੀ ਸਾਹਿਬ ਦਾ ਮੂੰਹ ਨਹੀਂ ਨਿਕਲੇ ਖੁੱਲ੍ਹਿਆ, ਅਤੇ ਅਜੇ ਤੱਕ ਉਹ ਜਿਹੜਾ ਇਹਦਾ ਪਿਤਾ ਹੈ ਮੁੰਡੇ ਦਾ, ਜਿਹਦਾ ਅਹੁਦੇ 'ਤੇ ਬਣਿਆ ਬੈਠਾ, ਉਹਦੇ ਧਾਰਾ 120B ਲੱਗੀ ਹੋਈ ਹੈ, ਉਹਨੂੰ ਅੰਦਰ ਕਰਨ ਦੀ ਤਾਂ ਦੂਰ ਦੀ ਗੱਲ ਹੈ, ਜੇ ਤੱਕ ਉਹਦਾ ਵਿਭਾਗ ਵਾਪਸ ਨਹੀਂ ਲਿਆ, ਉਹਨੂੰ ਛੁੱਟੀ ਨਹੀਂ ਕੀਤੀ ਵਿਭਾਗ ਦੇ ਵਿੱਚੋਂ, ਇਹ ਤਾਂ ਲੱਗਦਾ ਵੀ ਕੇਂਦਰ ਦੀ ਮਨਸ਼ਾ ਮਾੜੀ ਸੀ। ਗੁਰਾਂ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਕੇਂਦਰ ਦੀ ਮਨਸ਼ਾ ਮਾੜੀ ਸੀ, ਇਹ ਢੀਠਤਾ ਹੀ ਕਹਿ ਸਕਦੇ ਹਾਂ ਆਪਾਂ ਇਹਨੂੰ, ਕਿ ਕੇਂਦਰ ਸਰਕਾਰ ਦੀ
ਖਾਸ ਕਰਕੇ ਭਾਜਪਾ ਦੀ? ਦੇਖੋ ਸ਼ਬਦ ਕੋਈ ਵੀ ਵਰਤ ਲਓ, ਕਿਉਂਕਿ ਜੇ ਕੋਈ ਮੈਨਾਮਾਨ ਨੂੰ ਕਹਿੰਦਾ ਤਾਂ ਢੀਠਤਾ ਹੀ ਹੁੰਦੀ ਹੈ ਇਹ। ਮੈਨਾਮਾਨ ਨੂੰ ਦਾ ਮਤਲਬ ਇਹ ਹੈ ਵੀ ਜਦੋਂ ਸਾਰੀ ਜਨਤਾ, ਜਿਹੜੀ ਜਨਤਾ ਨੇ ਉਹਨੂੰ ਵੋਟਾਂ ਪਾ ਕੇ PM ਬਣਾਇਆ, ਜਿਹੜੀ ਸਰਕਾਰ ਨੂੰ ਹੋਂਦ 'ਚ ਲਿਆਂਦਾ 2014 ਤੋਂ ਲੈ ਕੇ 2019 ਤੱਕ, ਇੰਨੀ ਲੰਮਾ ਸਮਾਂ ਰਾਜ ਕਰਨ ਦਾ ਮੌਕਾ ਦਿੱਤਾ, 2019 ਤੋਂ ਬਾਅਦ ਫਿਰ 2024 ਤੱਕ ਦਾ ਵੀ ਇਹਨਾਂ ਨੂੰ ਮੌਕਾ ਮਿਲ ਗਿਆ, ਅਤੇ ਉਹ ਸਰਕਾਰ ਜੇ ਇਹਨਾਂ ਲੋਕਾਂ ਨੂੰ ਟਿੱਚ ਕਰਕੇ ਜਾਣਦੀ ਹੋਵੇ ਤਾਂ ਇਹਦਾ ਮਤਲਬ ਢੀਠਤਾ ਹੀ ਹੈ। ਅਗਰਾਹ ਸਾਹਿਬ, ਇਸ ਘਟਨਾ ਤੋਂ ਬਾਅਦ ਜਦੋਂ ਆਪਾਂ ਅੱਗੇ ਦੇਖਦੇ ਹਾਂ, ਹੁਣ ਅੱਜ ਕੋਈ ਐਲਾਨ ਹੋ ਸਕਦਾ ਹੈ? ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਪ੍ਰੋਗਰਾਮ ਤਾਂ ਪਹਿਲਾਂ ਦੇ ਦਿੱਤੇ ਨੇ, ਕੁਛ ਕੁ ਪ੍ਰੋਗਰਾਮ ਨੇ, ਕੋਈ ਸਖ਼ਤ ਐਕਸ਼ਨ ਜਿਹੜਾ ਅੱਜ ਵਾਲੇ ਇਸ ਸਟੇਜ ਤੋਂ ਹੋ ਸਕਦਾ? ਦੇਖੋ ਜਿਹੜੇ ਐਕਸ਼ਨ ਸੀ, ਸਖ਼ਤ ਐਕਸ਼ਨ ਤਾਂ ਅਸੀਂ ਪਹਿਲਾਂ ਐਲਾਨ ਕਰ ਚੁੱਕੇ ਹਾਂ। ਮੇਰੇ ਖਿਆਲ 'ਚ ਅਸੀਂ 9 ਤਰੀਕ ਦੀ ਕੀਤੀ, ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਦਿੱਲੀ ਦੇ ਵਿੱਚ, ਅਸੀਂ ਪ੍ਰੈਸ ਕਾਨਫਰੰਸ ਦੇ ਚੁੱਕੇ ਹਾਂ ਪ੍ਰੋਗਰਾਮ ਤਾਂ 26 ਤੱਕ ਦੇ, ਅਤੇ ਹੋਰ ਉਹ ਤੋਂ ਬਾਅਦ ਤਾਂ ਕੋਈ ਪ੍ਰੋਗਰਾਮ, ਉਹ ਤੋਂ ਬਾਅਦ 26 ਤੋਂ ਬਾਅਦ ਕੋਈ ਜਿਹੜੇ ਪ੍ਰੋਗਰਾਮ ਦੇਖਾਂਗੇ ਹਾਲਤਾਂ ਮੁਤਾਬਕ ਫੈਸਲਾ ਕੀਤਾ ਜਾਊਗਾ। ਪਰ ਆਖਰੀ ਸਵਾਲ ਹੈ ਕਿ ਹੁਣ ਆਪਾਂ ਅੰਦੋਲਨ ਨੂੰ ਕਿੱਥੇ ਦੇਖੀਏ, ਕਿਉਂਕਿ ਪੰਜਾਬ ਦੇ ਵਿੱਚ ਵੀ ਇਹ ਚੀਜ਼ ਹੈ, ਅੰਦੋਲਨ ਬਹੁਤ ਹਾਈਪ 'ਤੇ ਹੈ, ਅੱਗੇ ਵੋਟਾਂ ਵੀ ਆ ਰਹੀਆਂ ਨੇ, ਉਹ ਹਰਿਆਣੇ ਦੇ ਵਿੱਚ ਐਲਨਾਬਾਦ ਦਾ ਇਲੈਕਸ਼ਨ ਹੋ ਰਿਹਾ, ਕਿਸਾਨਾਂ ਦਾ ਅਗਰੈਸਿਵ ਜਿਹੜਾ ਵਿਰੋਧ ਆ ਉਹ ਦੇਖਣ ਨੂੰ ਮਿਲ ਰਿਹਾ, ਹੁਣ ਅਗਲੇ ਸਟੈਪ ਕੀ ਹੋ ਸਕਦੇ ਆ ਕਿਸਾਨ ਅੰਦੋਲਨ ਦੇ? ਕਿਉਂਕਿ ਸਾਲ ਤੋਂ ਵੱਧਦਾ ਸਮਾਂ ਦਿੱਲੀ ਹੋ ਗਿਆ, ਉਸ ਤੋਂ ਪਹਿਲਾਂ ਜਿਹੜਾ ਤੁਹਾਡੀ ਜਥੇਬੰਦੀ ਨੇ ਖਾਸ ਕਰਕੇ ਪਿੰਡਾਂ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ ਜਿਹੜੀ ਜਾਗਰਤੀ ਵਾਲੀ ਗੱਲ ਕੀਤੀ, ਪਿੰਡਾਂ ਤੋਂ ਧਰਨੇ ਲੱਗਣੇ ਸ਼ੁਰੂ ਹੋਏ, ਅੱਜ ਉਹ ਦਿੱਲੀ ਦੀਆਂ ਬਰੂਹਾਂ 'ਤੇ ਨੇ, ਅੱਗੇ ਕੀ ਹੋ ਸਕਦਾ ਅੰਦੋਲਨ ਦਾ? ਜੇ ਮੈਂ ਤੁਹਾਡੇ ਤੋਂ ਕੁਝ ਸਮਝਣਾ ਚਾਹਾਂ ਕਿ ਅੱਗੇ ਅੰਦੋਲਨ ਕਿੱਥੇ ਖੜਦਾ, ਕਿਉਂਕਿ ਸਰਕਾਰ ਤਾਂ ਬੇਬਾ ਜਿੱਦ ਜਿਹੜੀ ਆ ਉਹ ਨਜ਼ਰ ਆਉਂਦੀ ਹੈ। ਦੇਖੋ ਅੰਦੋਲਨ ਦਾ ਇੱਕ ਸਿੰਬਲ ਹੈ, ਉਹ ਦਿੱਲੀ ਮੋਰਚਾ ਦਾ ਇੱਕ ਸਿੰਬਲ ਹੈ, ਸਿੰਬਲ ਦੇ ਦੁਆਲੇ ਇਹ ਮੋਰਚਾ ਘੁੰਮ ਰਿਹਾ, ਇਹਦੇ ਕਰਕੇ ਇਹਨੇ ਜੜ੍ਹਾਂ ਜਿਹੀਆਂ ਨੇ ਪਤਾਲ ਤੱਕ ਜੜ੍ਹਾਂ ਲਾ ਲਈਆਂ, ਯਾਨੀ ਸਾਰੀਆਂ ਸਟੇਟਾਂ ਜੜ੍ਹਾਂ ਲਾ ਲਈਆਂ। 5 ਸਤੰਬਰ ਦੀ ਮੁਜ਼ੱਫਰਪੁਰ ਦੀ ਰੈਲੀ ਦੇ ਵਿੱਚ ਅਸੀਂ ਯੂਪੀ ਮਿਸ਼ਨ ਮੱਥਿਆ ਸੀ, ਅਤੇ ਯੂਪੀ ਦੇ ਵਿੱਚ ਵੀ ਇਹਦਾ ਜਿੱਡਾ ਫੈਲਾਅ ਹੋ ਗਿਆ ਘਟਨਾਵਾਂ ਨਾਲ, ਜਿੱਡਾ ਵੱਡਾ ਇਹਦੇ ਇਹਨੇ ਆਪਦਾ ਘੇਰਾ ਬਣਾ ਲਿਆ, ਅਤੇ ਹੁਣ 26 ਤਰੀਕ ਦੀ ਲਖਨਊ ਦੇ ਵਿੱਚ ਵੱਡੀ ਮਹਾਂਪੰਚਾਇਤ ਹੋ ਰਹੀ ਹੈ, ਉਹਦੇ ਨਾਲ ਜਿੱਡਾ ਵੱਡਾ ਇਹਦਾ ਘੇਰਾ ਬਣਨਾ। ਜਿਹੜੀ ਗੱਲ ਅਸੀਂ ਯੂਪੀ ਦੇ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦੇ ਸੀ, ਚਾਹੇ ਉਹਦਾ ਸਬੱਬ ਕੋਈ ਵੀ ਬਣ ਗਿਆ, ਕਾਰਨ ਉਹਦਾ ਕੋਈ ਵੀ ਬਣ ਗਿਆ, ਉਹ ਸਾਡੀ ਮੂਵਮੈਂਟ ਤੁਰ ਪਈ ਹੈ, ਉੱਧਰ ਨੂੰ ਅਸੀਂ ਵੱਧ ਰਹੇ ਹਾਂ, ਅਸੀਂ ਜਿੱਤ ਵੱਲ ਨੂੰ ਜਾ ਰਹੇ ਹਾਂ, ਅਤੇ ਸਰਕਾਰ ਦਾ ਜਿਹੜਾ ਗ੍ਰਾਫ ਹੈ ਉਹ ਹੇਠਾਂ ਨੂੰ ਜਾ ਰਿਹਾ। ਆਖਰੀ ਸਵਾਲ ਮੈਂ ਦੁਬਾਰਾ ਐਡ ਕਰ, ਇੱਕ ਨਾ ਪੰਜਾਬ ਦੀਆਂ ਵੋਟਾਂ ਨੂੰ ਲੈ ਕੇ ਗ੍ਰਾਹਾਂ ਸਾਹਿਬ ਇਹ ਚੀਜ਼ ਬਹੁਤ ਆ ਰਹੀ ਹੈ, ਗੁਰਨਾਮ ਸਿੰਘ ਚੜੂਨੀ ਹੁਣਾਂ ਦੀ ਐਕਟੀਵਿਟੀ ਹੈ ਪੰਜਾਬ ਦੇ ਵਿੱਚ, ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਕਿਸਾਨ ਮੋਰਚੇ ਨੂੰ ਫਾਇਦਾ ਦੇਣਗੀਆਂ ਜਾਂ ਢਾਲ ਲਾਉਣਗੀਆਂ, ਇੱਕ ਸਵਾਲ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਖੜਾ ਹੋ ਚੁੱਕਿਆ? ਕੋਈ ਪੰਜਾਬ ਦੇ ਜਥੇਬੰਦੀਆਂ ਦਾ, ਪੰਜਾਬ ਦੇ ਜੇ ਇਸ ਸਾਂਝੇ ਸੰਯੁਕਤ ਮੋਰਚੇ ਦਾ ਕੋਈ ਫੈਸਲਾ ਨਹੀਂ, ਕਿ ਜਿੰਨਾ ਚਿਰ ਇਹ ਮੋਰਚਾ ਚੱਲਦਾ ਉਹਨਾਂ ਚਿਰ ਕਿਸੇ ਦਾ ਕੋਈ ਚੋਣਾਂ ਦਾ ਕੋਈ ਮਿਸ਼ਨ ਨਹੀਂ, ਉਹਨਾਂ ਦਾ ਪਰਸਨਲ ਕੋਈ ਮਿਸ਼ਨ ਹੈ ਉਹ ਓਪਨਲੀ ਜਥੇਬੰਦੀਆਂ ਦਾ ਨਾਂ ਲੈ ਕੇ ਨਾ ਵਰਤੇ, ਇਸ ਕਰਕੇ ਉਹ ਗੁਰਨਾਮ ਸਿੰਘ ਚਨੂਨੀ ਦਾ ਆਪਦਾ ਮਿਸ਼ਨ ਹੈ, ਇਸ ਕਰਕੇ ਅਸੀਂ ਤਾਂ ਉਹਨੂੰ ਕਹਿੰਦੇ ਹਾਂ ਭਾਵੇਂ ਕਿਸੇ ਦਾ ਆਪਦਾ ਮਿਸ਼ਨ ਅੰਦਰੋਂ ਮਨਸ਼ਾ ਵੀ ਹੋਵੇ, ਉਹਨੂੰ ਵੀ ਨਹੀਂ ਇਹ ਗੱਲ ਕਹਿਣੀ ਚਾਹੀਦੀ ਕਿ ਸਾਡਾ ਮਿਸ਼ਨ ਕੋਈ ਹੋਰ ਹੈ, ਸਾਡਾ ਤਾਂ ਮਿਸ਼ਨ 3 ਕਾਨੂੰਨ ਰੱਦ ਕਰਾਉਣਾ, ਇਹ ਮਿਸ਼ਨ ਦੀ ਖਾਤਰ ਸਾਡੇ ਮਿਸ਼ਨ ਜਿਹੜੇ ਨਿਕਲਦੇ ਨੇ ਦੂਜੀਆਂ ਸਟੇਟਾਂ 'ਚ ਜਾਣ ਦੇ, ਆਪਦੇ ਪੈਰ ਲਾਉਣ ਦੇ, ਆਪਦੀ ਲੋਕਾਂ ਤੱਕ ਗੱਲ ਲੈ ਕੇ ਜਾਣ ਦੇ, ਮਿਸ਼ਨ ਸਾਡਾ ਉਹੀ ਮੋਰਚੇ ਨੂੰ ਜਿੱਤਣ ਦਾ ਸਾਡਾ ਮਿਸ਼ਨ ਹੋਣਾ ਚਾਹੀਦਾ, ਚੋਣਾਂ ਦਾ ਸਵਾਲ ਤਾਂ ਬਹੁਤ ਪਿੱਛੇ ਦਾ। ਤਾਂ ਇਹ ਸਰ ਮੇਰੇ ਨਾਲ ਜੋਗਿੰਦਰ ਸਿੰਘ ਗਰਾਹਾਂ, ਜੋ ਕਿ 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਤਕੁਨੀਆਂ 'ਚ ਵਾਪਰੀ ਘਟਨਾ 'ਚ ਸ਼ਹੀਦ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਜਿਹੜਾ ਉੱਥੇ ਜਿਹੜਾ ਸ਼ਰਧਾਂਜਲੀ ਸਮਾਗਮ ਹੋਣਾ, ਸ਼ਰਧਾਂਜਲੀ ਦੇਣ ਲਈ ਪਹੁੰਚੇ ਨੇ, ਵੱਡਾ ਕਾਫਲਾ ਲੈ ਕੇ ਪਹੁੰਚੇ ਨੇ, ਤਾਂ ਇਸ ਮਾਮਲੇ ਦੇ ਵਿੱਚ ਅੱਜ ਸਾਰੇ ਸ਼ਰਧਾਂਜਲੀ ਸਮਾਗਮ ਦੀਆਂ ਹਰ ਅਪਡੇਟ ਜਿਹੜੀ ਆ ਜਗਬਾਣੀ ਟੀਵੀ ਦੇ ਤੁਹਾਡੇ ਨਾਲ ਸਾਂਝੀ ਕਰਾਂਗੇ। ਤਕੁਨੀਆਂ ਲਖੀਮਪੁਰ ਖੀਰੀ ਤੋਂ ਜਗਬਾਣੀ ਟੀਵੀ ਲਈ ਕੈਮਰਾਮੈਨ ਗੁਰਦੇਵ ਦੇ ਨਾਲ ਮੈਂ ਹਰਿੰਦਰ ਬਾਜਵਾ।